ਇਹ ਜਿੰਨੀਆਂ ਪਾਰਟੀਆਂ ਹੋਰ ਬਣਦੀਆਂ ਜਾਣਗੀਆਂ, ਨਵੀਆਂ ਪਾਰਟੀਆਂ ਜਨਮ ਲੈਂਦੀਆਂ ਰਹਿਣਗੀਆਂ, ਅਲਟੀਮੇਟਲੀ ਇਹ ਰਵਾਇਤੀਆਂ ਨੂੰ ਇੱਕ ਫਾਇਦੇ ਵਾਲੀ ਗੱਲ ਹੈਗੀ ਆ। ਉਹ ਪਰਿਵਾਰ ਜਿਹਨੇ ਪੰਜਾਬ ਦੇ ਅੰਦਰ ਲੁੱਟ ਰਾਜ ਕਾਇਮ ਕਰਕੇ, ਮੇਰੇ ਖਿਆਲ ਥੋੜ੍ਹੇ ਦਿਨਾਂ ਬਾਅਦ ਫਿਰ ਉਹ ਸੌਂ ਭੁੱਲ ਗਏ, ਦੁਬਾਰਾ ਫਿਰ ਉਹ ਬਾਦਲ ਮੋਹ ਜਾਗ ਗਿਆ ਉਹਨਾਂ ਨੂੰ। ਰੈਫਰੈਂਡਮ 2020 ਲਈ ਤੁਰੇ। ਮੈਂ ਸਿਰਫ ਇਹੀ ਕਿਹਾ ਵੀ ਘਰ ਦੇ ਵਿੱਚੋਂ ਕੋਈ ਰੁੱਸ ਕੇ ਚਲਿਆ ਜਾਵੇ ਉਹਨੂੰ ਘਰੋਂ ਥੋੜ੍ਹੀ ਕੱਢ ਦਈਦਾ। ਕਿ ਅਸੀਂ ਬਿਲਕੁਲ ਬਰਖਿਲਾਫ ਹੈਗੇ ਹਾਂ, ਕੋਈ ਸਾਡਾ ਮੈਂਬਰ ਰੈਫਰੈਂਡਮ 2020 ਦੇ ਵਿੱਚ ਪੋਜ਼ਿਟਿਵ ਕਾਸਟਿੰਗ ਨਹੀਂ ਕਰੂਗਾ। ਬੀਤੀ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਆਪਣੀ ਨਵੀਂ ਪਾਰਟੀ ਤਿਆਰ ਕੀਤੀ ਗਈ ਹੈ, ਜਿਸਦਾ ਨਾਮ ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਰੱਖਿਆ ਗਿਆ। ਪਾਰਟੀ ਬਣਾਏ ਜਾਣ ਤੋਂ ਬਾਅਦ ਵੱਖ ਵੱਖ ਰਾਜਨੀਤਿਕ ਆਗੂਆਂ ਦੇ ਬਿਆਨ ਸਾਹਮਣੇ ਆ ਰਹੇ ਨੇ। ਇਸੇ ਤਰ੍ਹਾਂ ਹੁਣ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵੱਲੋਂ ਸੁਖਦੇਵ ਸਿੰਘ ਢੀਂਡਸਾ ਅਤੇ ਉਹਨਾਂ ਦੀ ਪਾਰਟੀ ਦੇ ਹੋਰ ਆਗੂਆਂ ਨੂੰ ਵਧਾਈਆਂ ਦਿੱਤੀਆਂ ਗਈਆਂ ਨੇ, ਅਤੇ ਨਾਲ ਹੀ ਉਹ ਵੀ ਬਿਆਨ ਦਿਖਾਉਂਦਿਆਂ ਜਿਸ ਵਿੱਚ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਹਨਾਂ ਪਾਰਟੀਆਂ ਦੇ ਬਣਨ ਨਾਲ ਰਵਾਇਤੀ ਪਾਰਟੀਆਂ ਨੂੰ ਇਸ ਦਾ ਫਾਇਦਾ ਮਿਲਣ ਵਾਲਾ ਹੈ। ਸਰ, ਅੱਜ ਸ਼੍ਰੋਮਣੀ ਅਕਾਲੀ ਦਲ ਨਵੀਂ ਬਣਾ ਦਿੱਤੀ ਗਈ ਆ, ਜਿਹੜੇ ਸੁਖਦੇਵ ਢੀਂਡਸਾ ਨੂੰ ਪ੍ਰਧਾਨ ਬਣਾਤਾ ਪਾਰਟੀ ਦਾ, ਕੀ ਕਹਿਣਾ ਚਾਹੁੰਦੇ? ਸੋ ਬਹੁਤ ਮੁਬਾਰਕਾਂ ਉਹਨਾਂ ਨੂੰ ਮੇਰੇ ਵੱਲੋਂ। ਅਸੀਂ ਇਸ ਗੱਲ ਦਾ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਹਨਾਂ ਨੂੰ ਇਸ ਗੱਲ ਦੀ ਕਿ ਪੰਜਾਬ ਲਈ ਉਹ ਚੰਗੇ ਤਕੜੇ ਹੋ ਕੇ ਜਿਹੜੇ ਕਾਜ਼ ਵਾਸਤੇ ਉਹਨਾਂ ਨੇ ਆਪਣੀ ਪਾਰਟੀ ਨਵੀਂ ਬਣਾਈ ਆ, ਉਹ ਪੰਜਾਬ ਦੇ ਅੰਦਰ ਚੰਗੇ ਕਾਜ਼ ਵਾਸਤੇ ਆਪਣੀਆਂ ਆਪਣੀ ਪਾਰਟੀ ਦੀਆਂ ਆਪਣੇ ਸਾਥੀਆਂ ਦੀਆਂ ਸੇਵਾਵਾਂ ਦੇਣ, ਐਂਡ ਯਤਨ ਬੜੇ ਹੋਏ ਵੀ ਸਾਰੀਆਂ ਧਿਰਾਂ ਇੱਕ ਪਲੇਟਫਾਰਮ 'ਤੇ ਇਕੱਠੀਆਂ ਹੋ ਜਾਣ, ਇੱਕ ਨਿਸ਼ਾਨ, ਇੱਕ ਪ੍ਰਧਾਨ, ਇੱਕ ਵਿਧਾਨ, ਇਹਦੇ ਇਸ ਕੰਸੈਪਟ ਦੇ ਉੱਤੇ ਮੇਰਾ ਖਿਆਲ ਸਾਰੇ ਲੀਡਰਾਂ ਨੇ ਆਪਸ 'ਚ ਸਲਾਹ ਮਸ਼ਵਰੇ ਕੀਤੇ, ਪਰ ਸਿਰੇ ਨਹੀਂ ਚੜ੍ਹ ਸਕੀ ਗੱਲ, ਕਿਤੇ ਨਾ ਕਿਤੇ ਕੋਈ ਅੜਕੇ ਪੈਂਦੇ ਰਹੇ। ਸੋ ਮੈਂ ਉਹਨਾਂ ਨੂੰ ਮੁਬਾਰਕਬਾਦ ਦਊਂਗਾ, ਚੰਗਾ ਕੰਮ ਕਰਨ ਪੰਜਾਬ ਵਾਸਤੇ। ਪਿੱਛੇ ਜਿਹੜੀਆਂ ਪਿੱਤਰੀ ਉਹਨਾਂ ਦੀ ਪਾਰਟੀ ਦੇ ਅੰਦਰ ਉਹਨਾਂ ਦੇ ਹੁੰਦੇ ਹੋਏ ਗਲਤੀਆਂ ਹੋਈਆਂ, ਜਿਨ੍ਹਾਂ ਦਾ ਖਮਿਆਜਾ ਅੱਜ ਪੰਜਾਬ ਦੇ ਲੋਕ ਭੁਗਤ ਰਹੇ ਆ, ਚਾਹੇ ਉਹ ਚਿੱਟਾ ਹੈਗਾ, ਚਾਹੇ ਉਹ ਕਿਸਾਨੀ ਨਾਲ ਸੰਬੰਧਿਤ ਆ, ਮੈਂ ਸਮਝਦਾ ਕਿ ਉਹ ਉਸ ਪਾਰਟੀ ਤੋਂ ਤਜਰਬਾ ਲੈ ਕੇ ਆਏ ਬੜੇ ਉੱਚ ਅਹੁਦੇ 'ਤੇ ਰਹਿ ਕੇ, ਕਿਉਂਕਿ ਉਹਨਾਂ ਦੇ ਹੁੰਦਿਆਂ ਸਾਰਾ ਕੁਛ ਵਰਤਾਰਾ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਉਦੋਂ ਵੀ ਉਹ ਨਾਲ ਸੀਗੇ, ਚਿੱਟੇ ਦਾ ਪੰਜਾਬ ਦੇ ਵਿੱਚ ਫੈਲਾਅ ਹੋਇਆ, ਕਿਸਾਨਾਂ ਦੀਆਂ ਖੁਦਕੁਸ਼ੀਆਂ ਹੋਈਆਂ, ਇਹ ਸਾਰਾ ਕੁਛ ਜਿਹੜਾ ਉਹਨਾਂ ਕੋਲ ਇੱਕ ਬਿਟਰ ਐਕਸਪੀਰੀਅੰਸ ਹੈਗਾ, ਕਿਉਂਕਿ ਉਸ ਪਾਰਟੀ ਦੇ ਵਿੱਚ ਇੱਕ ਚੰਗੇ ਅਹੁਦੇ 'ਤੇ ਰਹਿੰਦੇ ਹੋਏ ਸਾਰਾ ਕੁਛ ਹੋਇਆ। ਮੈਨੂੰ ਉਮੀਦ ਹੈਗੀ ਆ ਕਿ ਉਹ ਇਹ ਬੁਰਾਈ ਦੀਆਂ ਜੜ੍ਹਾਂ ਪੰਜਾਬ ਦੇ ਵਿੱਚੋਂ ਹੁਣ ਪੱਟਣ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਉਣਗੇ। ਪੱਤਰਕਾਰ ਵੱਲੋਂ ਸਿਮਰਜੀਤ ਸਿੰਘ ਬੈਂਸ ਨੂੰ ਇਹ ਵੀ ਸਵਾਲ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂ ਸੇਵਾ ਸਿੰਘ ਸੇਖਵਾਂ ਅਤੇ ਬੀਰ ਦਵਿੰਦਰ ਸਿੰਘ ਆਪਣੀ ਪਾਰਟੀ ਨੂੰ ਛੱਡ ਕੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਸਨ, ਤਾਂ ਉਹਨਾਂ ਨੇ ਇਸ ਸਵਾਲ 'ਤੇ ਪ੍ਰਤੀਕਰਮ ਦੇਣ ਦੇ ਨਾਲ ਨਾਲ ਇਹ ਵੀ ਆਖ ਦਿੱਤਾ ਕਿ ਇਹਨਾਂ ਪਾਰਟੀਆਂ ਦੇ ਬਣਨ ਦੇ ਨਾਲ ਪੰਜਾਬ ਦਾ ਭਲਾ ਨਹੀਂ ਹੋਣ ਵਾਲਾ, ਬਲਕਿ ਇਸ ਦਾ ਫਾਇਦਾ ਫਿਰ ਤੋਂ ਰਵਾਇਤੀ ਪਾਰਟੀਆਂ ਲੈ ਲੈਣਗੀਆਂ, ਜਿਨ੍ਹਾਂ ਉੱਤੇ ਦੋਸ਼ ਲੱਗਦੇ ਰਹੇ ਨੇ ਕਿ ਉਹ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਦਾ ਕੰਮ ਕਰ ਰਹੀਆਂ ਨੇ। ਸੋ ਸਰ, ਪਿਛਲੀ ਵਿਧਾਨ ਸਭਾ ਦੌਰਾਨ ਟਕਸਾਲੀਆਂ ਵੱਲੋਂ ਇੱਕ ਧੜਾ ਬਣਾਇਆ ਗਿਆ ਸੀਗਾ, ਅੱਜ ਜਿਹੜੇ ਬ੍ਰਹਮਪੁਰਾ ਸਾਹਿਬ ਵੀ ਨਹੀਂ ਪਹੁੰਚੇ, ਉਹਨਾਂ ਨੇ ਢੀਂਡ ਸਾਹਿਬ ਨੂੰ ਕਿਹਾ ਕਿ ਅਪੀਲ ਕੀਤੀ ਹੈ ਕਿ ਤੁਸੀਂ ਪਾਰਟੀ ਨਵੀਂ ਨਾ ਬਣਾਓ, ਫਿਰ ਵੀ ਅੱਜ ਜਿਹੜੀ ਪਾਰਟੀ ਨੇ, ਮੈਂ ਵੀ ਪ੍ਰੈਸ ਤੋਂ ਹੀ ਇਹ ਗੱਲ ਜਿਹੜਾ ਮੀਡੀਆ ਤੋਂ ਹੀ ਪਤਾ ਲੱਗੀ ਆ ਵੀ ਉਹਨਾਂ ਨੇ ਸ਼ਮੂਲੀਅਤ ਬ੍ਰਹਮਪੁਰਾ ਸਾਹਿਬ ਨੇ ਨਹੀਂ ਕੀਤੀ, ਸੇਖਾਂ ਸਰਦਾਰ ਸੇਵਾ ਸਿੰਘ ਸੇਖਵਾਂ ਸਾਹਿਬ ਆਏ, ਐਂਡ ਉਹਨਾਂ ਨੇ ਕਿਹਾ ਮੈਂ ਜਾਤੀ ਤੌਰ 'ਤੇ ਆਇਆ, ਮੈਂ ਪਾਰਟੀ ਤੌਰ 'ਤੇ ਨਹੀਂ ਆਇਆ। ਸੋ ਮੈਨੂੰ ਇਉਂ ਲੱਗਦਾ ਕਿ ਉਹਨਾਂ ਦਾ ਟਕਸਾਲੀ ਅਕਾਲੀ ਦਲ ਅਲੱਗ ਹੈਗਾ, ਅੱਜ ਜਿਹੜਾ ਬਣਿਆ ਉਹ ਅਕਾਲੀ ਦਲ ਅਲੱਗ ਹੈਗਾ, ਬਟ ਅਲਟੀਮੇਟਲੀ ਇਹ ਜਿੰਨੀਆਂ ਪਾਰਟੀਆਂ ਹੋਰ ਬਣਦੀਆਂ ਜਾਣਗੀਆਂ, ਨਵੀਆਂ ਪਾਰਟੀਆਂ ਜਨਮ ਲੈਂਦੀਆਂ ਰਹਿਣਗੀਆਂ, ਅਲਟੀਮੇਟਲੀ ਇਹ ਰਵਾਇਤੀਆਂ ਨੂੰ ਇੱਕ ਫਾਇਦੇ ਵਾਲੀ ਗੱਲ ਹੈਗੀ ਆ। ਰਵਾਇਤੀ ਪੋਲੀਟਿਕਸ ਜਿਹੜੀ ਲੰਬੇ ਸਮੇਂ ਤੱਕ ਸੱਤਾ ਦੇ ਉੱਤੇ ਕਾਬਜ਼, ਚਾਹੇ ਉਹ ਬਾਦਲ ਹੈਗੇ ਆ, BJP, ਬਾਦਲ ਗੱਠਜੋੜ ਐਂਡ ਕਾਂਗਰਸ, ਇਹ ਜਿੰਨੀਆਂ ਪਾਰਟੀਆਂ ਬਣਨਗੀਆਂ, ਇਹ ਰਵਾਇਤੀ ਪੋਲੀਟਿਕਸ ਨੂੰ
ਥੋੜ੍ਹਾ ਜਿਹਾ ਲੱਗ ਰਿਹਾ, ਬਾਕੀ ਸਮਾਂ ਦੱਸੇਗਾ ਕਿ ਕੂਟ ਕਿਸ ਕਰਵਟ ਬੈਠਦਾ। ਸੋ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਸਮਝਦੇ ਹੋ? ਅਕਾਲੀ ਦਲ ਤੋਂ ਸਾਰੇ ਨਾਰਾਜ਼ ਹੋ ਕੇ ਪਾਰਟੀ ਤੋਂ ਅਲੱਗ ਅਲੱਗ ਪਾਰਟੀ ਬਣਾਉਂਦੇ ਨੇ, ਦੁਬਾਰਾ ਫਿਰ ਅਕਾਲੀ ਦਲ ਵੱਲ ਮੁੜ ਵੀ ਰਹੇ ਨੇ, ਕਿਸ ਤਰ੍ਹਾਂ ਦੇਖਦੇ ਹੋ? ਹਾਂ, ਉਹ ਤੁਸੀਂ ਸ਼ਾਇਦ ਬੋਨੀ ਹੋਣਾ ਵੱਲ, ਡਾਕਟਰ ਰਤਨ ਸਿੰਘ ਅਜਨਾਲਾ ਵੱਲ ਤੁਸੀਂ ਇਸ਼ਾਰਾ ਕੀਤਾ, ਉਹ ਅਕਾਲ ਤਖ਼ਤ ਸਾਹਿਬ ਅਤੇ ਜਿੱਦਣ ਟਕਸਾਲੀ ਅਕਾਲੀ ਦਲ ਬਣਿਆ ਐਂਡ ਸਹੁੰ ਚੁੱਕੀ ਗਈ ਕਿ ਅਸੀਂ ਉਹ ਪਰਿਵਾਰ ਨੂੰ ਅਕਾਲੀ ਦਲ ਤੋਂ ਲਾਵਾਂਗੇ ਜਿਹੜੇ ਪਰਿਵਾਰ ਨੇ ਪੰਜਾਬ ਦਾ ਬੇੜਾ ਗਰਕ ਕੀਤਾ, ਨੌਜਵਾਨੀ ਨੂੰ ਨਸ਼ਿਆਂ 'ਤੇ ਲਾਇਆ, ਉਹ ਪਰਿਵਾਰ ਜਿਹਨੇ ਪੰਜਾਬ ਦੇ ਅੰਦਰ ਲੁੱਟ ਰਾਜ ਕਾਇਮ ਕਰਕੇ। ਮੇਰੇ ਖਿਆਲ ਥੋੜ੍ਹੇ ਦਿਨਾਂ ਬਾਅਦ ਫਿਰ ਉਹ ਸਹੁੰ ਭੁੱਲ ਗਏ, ਦੁਬਾਰਾ ਫਿਰ ਉਹ ਬਾਦਲ ਮੋਹ ਜਾਗ ਗਿਆ ਉਹਨਾਂ ਨੂੰ। ਸੋ ਇਸ ਕਰਕੇ ਲੋਕ ਥੋੜ੍ਹਾ ਜਿਹਾ, ਜਿਹੜੇ ਅਕਾਲੀ ਦਲ ਬਾਦਲ ਤੋਂ ਆਏ ਹੋਏ ਲੀਡਰ ਸਾਹਿਬਾਨ, ਥੋੜ੍ਹਾ ਜਿਹਾ ਉਹਨਾਂ ਤੋਂ ਇਸ ਗੱਲੋਂ ਲੈ ਕੇ ਥੋੜ੍ਹਾ ਜਿਹਾ ਭੈ ਭੀਰ ਡਰਦੇ ਵੀ ਹੈਗੇ ਆ ਵੀ ਯਾਰ ਇਹਨਾਂ ਦੀ ਗੱਡੀ ਦੇ ਸਟੀਅਰਿੰਗ ਦਾ ਪਤਾ ਨਹੀਂ ਲੱਗਦਾ ਕਦੋਂ ਬਾਦਲਾਂ ਦੇ ਘਰ ਵੱਲ ਨੂੰ ਮੋੜਾ ਕੱਟ ਜਾਂਦੀ ਹੈ। ਸੋ ਮੈਂ ਕਹੂੰਗਾ ਕਿ ਜਿਹੜਾ ਉਹਨਾਂ ਕੋਲ ਤਜ਼ਰਬਾ ਢੀਂਡਸਾ ਸਾਹਿਬ ਕੋਲ, ਟਕਸਾਲੀਆਂ ਦੇ ਕੋਲ, ਉਹ ਤਜ਼ਰਬਾ ਹੁਣ ਪੰਜਾਬ ਦੇ ਵਿੱਚ, ਕਿਉਂਕਿ ਜਿਹੜਾ ਇਹਨਾਂ ਦੇ ਹੁੰਦੇ ਲੱਗੀਆਂ ਸੀਗੀਆਂ ਉਦੋਂ ਇਹ ਪਾਰਟੀ ਅਕਾਲੀ ਦਲ ਦੇ ਵਿੱਚ, ਉਹ 14 'ਤੇ ਸੀਗੇ, ਜਿੰਨੀ ਬੁਰਾਈ ਦੀ ਜੜ ਇਹਨਾਂ ਦੇ ਹੁੰਦਿਆਂ ਅਕਾਲੀ ਦਲ ਦੇ ਵਿੱਚ ਹੁੰਦਿਆਂ ਲੱਗੀ ਪੰਜਾਬ ਦੇ ਅੰਦਰ, ਉਹ ਹੁਣ ਜੜ੍ਹਾਂ ਪੱਟਣ ਦਾ ਵੀ ਨਾ ਕੋਈ ਤਜਰਬਾ ਉਸ ਰਸਤੇ 'ਤੇ। ਮੇਰਾ ਸੁਝਾਅ ਹੈਗਾ ਜ਼ਰੂਰ ਚੱਲ ਕੇ ਪੰਜਾਬ ਨੂੰ ਚੰਗੀ ਲੀਹ 'ਤੇ ਲੈ ਕੇ ਆਓ। ਇਸ ਦੇ ਨਾਲ ਹੀ ਸਿਮਰਜੀਤ ਸਿੰਘ ਬੈਂਸ ਨੂੰ ਇਹ ਵੀ ਸਵਾਲ ਕੀਤਾ ਗਿਆ ਕਿ ਸਿੱਖ ਫੋਰ ਜਸਟਿਸ ਵੱਲੋਂ ਖਾਲਿਸਤਾਨ ਬਣਾਏ ਜਾਣ ਨੂੰ ਲੈ ਕੇ ਵੋਟਿੰਗ ਕਰਵਾਈ ਜਾ ਰਹੀ ਹੈ, ਜਦਕਿ ਦੂਜੇ ਪਾਸੇ ਭਾਰਤ ਸਰਕਾਰ ਇਹਨਾਂ ਨੂੰ ਅੱਤਵਾਦੀ ਐਲਾਨ ਰਹੀ ਹੈ। ਤਾਂ ਇਸ ਸਵਾਲ ਦਾ ਜਵਾਬ ਦਿੰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਖਾਲਿਸਤਾਨ ਦੀ ਮੰਗ ਤਾਂ ਨਹੀਂ ਕਰਦੇ, ਪਰ ਇਹ ਜ਼ਰੂਰ ਵਿਚਾਰਨ ਵਾਲੀ ਗੱਲ ਹੈ ਕਿ ਜੇਕਰ ਉਹਨਾਂ ਵੱਲੋਂ ਵੀ ਖਾਲਿਸਤਾਨ ਦੀ ਮੰਗ ਕੀਤੀ ਗਈ ਹੈ ਤਾਂ ਉਹ ਕਿਉਂ ਕੀਤੀ ਗਈ ਹੈ? ਵੋਟਿੰਗ ਪ੍ਰਕਿਰਿਆ ਸ਼ੁਰੂ ਚੱਲ ਰਹੀ ਹੈ। ਦੇਖੋ ਦੋਸਤੋ, ਬਹੁਤ ਸਾਰੇ ਚੈਨਲ ਨੇ ਮੇਰਾ ਬਿਆਨ ਤੋੜ ਮਰੋੜ ਕੇ ਲਾ ਲਿਆ। ਮੈਂ ਫਿਰ ਕਹੂੰਗਾ ਕਿ ਲੋਕ ਇਨਸਾਫ ਪਾਰਟੀ ਭਾਰਤ ਦੇ ਸੰਘੀ ਢਾਂਚੇ ਦੇ ਵਿੱਚ ਵਿਸ਼ਵਾਸ ਰੱਖਦੀ ਹੈ। ਅਸੀਂ ਫੈਡਰਲਿਜ਼ਮ ਨੂੰ ਮਜ਼ਬੂਤ ਕਰਨ ਦੇ ਸਭ ਤੋਂ ਵੱਡੇ ਦਾਅਵੇਦਾਰ ਹੈਗੇ ਹਾਂ। ਇਸ ਫੈਡਰਲਿਜ਼ਮ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਟੇਟ ਰਾਈਟ, ਰਾਜਾਂ ਦੇ ਅਧਿਕਾਰਾਂ ਵਾਸਤੇ ਜੇ ਪੰਜਾਬ ਦੇ ਵਿੱਚ ਕੋਈ ਸੰਘਰਸ਼ ਕਰਦਾ ਤਾਂ ਉਹ ਲੋਕ ਇਨਸਾਫ ਪਾਰਟੀ ਹੈ। ਜੇਲ੍ਹ ਜਾਣਾ ਪਿਆ ਸਾਨੂੰ, ਪਾਣੀਆਂ ਦੀ ਲੜਾਈ ਲੜੀ, ਆ ਖੇਤੀ ਆਰਡੀਨੈਂਸ ਆ, ਖੇਤੀ 'ਤੇ ਕਾਨੂੰਨ ਬਣਾਉਣ ਦਾ ਅਧਿਕਾਰ, ਮੰਡੀਕਰਨ ਦੇ ਉੱਤੇ ਕਾਨੂੰਨ ਬਣਾਉਣ ਦਾ ਅਧਿਕਾਰ ਸਿਰਫ ਅਤੇ ਸਿਰਫ ਰਾਜ ਕੋਲ ਆ। ਖੇਤੀ ਸੁਧਾਰ ਆਰਡੀਨੈਂਸ ਲੋਕ ਇਨਸਾਫ ਪਾਰਟੀ ਦਾ ਅੰਦੋਲਨ। ਸੋ ਅਸੀਂ ਫੈਡਰਲਿਜ਼ਮ ਦੇ, ਮਜ਼ਬੂਤ ਫੈਡਰਲਿਜ਼ਮ ਦੇ ਦਾਅਵੇਦਾਰ ਹੈਗੇ ਹਾਂ, ਨਾਲ ਖੜ੍ਹੇ ਹਾਂ ਦੇਸ਼ ਦੇ। ਦੇਸ਼ ਦੇ ਵਿੱਚ ਸਾਡਾ ਹਿੱਸਾ, ਤੁਹਾਡਾ ਵੀ ਅਤੇ ਸਾਡਾ ਵੀ ਹਿੱਸਾ। 47 ਦੇ ਵਿੱਚ ਅਸੀਂ ਅਲੱਗ ਮੁਲਕ ਨਹੀਂ ਲਿਆ, ਇਹ ਭਾਰਤ ਦੇਸ਼ ਇਕੱਲਾ ਹਿੰਦੂਆਂ ਦਾ ਨਹੀਂ, ਸਾਡਾ ਬਰਾਬਰ ਦਾ ਹਿੱਸਾ। ਅਸੀਂ ਸਰਹੱਦਾਂ ਦੇ ਰੱਖੇ ਹਾਂ, ਸਾਨੂੰ ਇਸ ਦੇਸ਼ ਦੇ ਉੱਤੇ ਬੜਾ ਮਾਣ ਹੈ। ਮੇਰੇ ਕਹਿਣ ਤੋਂ ਭਾਵ ਹੈਗਾ ਕਿ ਜਿਹੜੇ ਦੋਸਤ ਰੈਫਰੈਂਡਮ 2020 ਲਈ ਤੁਰੇ, ਮੈਂ ਸਿਰਫ ਇਹੀ ਕਿਹਾ ਵੀ ਘਰ ਦੇ ਵਿੱਚੋਂ ਕੋਈ ਰੁੱਸ ਕੇ ਚਲਿਆ ਜਾਵੇ ਉਹਨੂੰ ਘਰੋਂ ਥੋੜ੍ਹੀ ਕੱਢ ਦੀਦਾ, ਪਰਿਵਾਰ ਦਾ ਮੁਖੀ ਉਹਨੂੰ ਬੁਲਾ ਕੇ ਉਹਦੀ ਨਾਰਾਜ਼ਗੀ ਦਾ ਕਾਰਨ ਪੁੱਛਦਾ, ਯਤਨ ਕਰਦਾ ਵੀ ਉਹਦੀ ਨਾਰਾਜ਼ਗੀ ਦੂਰ ਹੋ ਜਾਵੇ। ਜਿਹੜੇ ਦੋਸਤ ਰੈਫਰੈਂਡਮ 2020 ਦੇ ਰਸਤੇ ਤੁਰੇ ਆ, ਕੀ ਸਰਕਾਰ, ਸੂਬਾ ਜਾਂ ਕੇਂਦਰ ਉਹਨਾਂ ਦੀਆਂ ਭਾਵਨਾਵਾਂ ਜਾਣਨ ਲਈ ਇੱਕ ਟੇਬਲ ਮੀਟਿੰਗ ਨਹੀਂ ਹੋ ਸਕਦੀ? ਮੈਨੂੰ ਬਹੁਤ ਸਾਰੇ ਦੋਸਤਾਂ ਨੇ ਗੱਲ ਕਹੀ ਜੀ ਉਹ ਖਾਲਿਸਤਾਨ ਦੀ ਮੰਗ ਕਰਦੇ ਹੋ, ਇਹ ਬੋਲਦੇ ਹੋ ਬੋਲਦੇ ਹੋ। ਮੈਂ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਅਸਾਲਟਾਂ ਚੱਕੀ ਫਿਰਦੇ, ਤੁਸੀਂ ਉਹਨਾਂ ਦੇ ਲੀਡਰਾਂ ਦਾ ਮੀਟਿੰਗ ਕਰ ਸਕਦੇ ਹੋ। ਸੋ ਮੇਰੇ ਕਹਿਣ ਤੋਂ ਮਤਲਬ ਇਹ ਆ ਕਿ ਅਸੀਂ ਬਿਲਕੁਲ ਬਰਖਿਲਾਫ ਹੈਗੇ ਹਾਂ। ਕੋਈ ਸਾਡਾ ਮੈਂਬਰ ਰੈਫਰੈਂਡਮ 2020 ਦੇ ਵਿੱਚ ਪੋਜ਼ੀਟਿਵ ਕਾਸਟਿੰਗ ਨਹੀਂ ਕਰੂਗਾ, ਪਰ ਮੈਂ ਇਹ ਕਹੂੰਗਾ ਲਾਜ਼ਮੀ ਕਿ ਅੱਜ ਵਿਸ਼ਾ ਇਹ ਹੈ ਕਿ ਉਹ ਲੋਕ ਜਿਹੜੇ ਰੈਫਰੈਂਡਮ 2020 ਲਈ ਤੁਰੇ ਆ, ਉਹ ਕਿਉਂ ਇਸ ਰਸਤੇ ਤੁਰੇ। ਉਹਨਾਂ ਨੂੰ ਬਿਠਾ ਕੇ ਉਹਨਾਂ ਦਾ ਗੁੱਸਾ, ਗਿਲਾ, ਉਹਨਾਂ ਦੀਆਂ ਗੱਲਾਂ ਜ਼ਰੂਰ ਦੋਨੋਂ ਸਰਕਾਰਾਂ ਨੂੰ, ਸੂਬਾ ਪੰਜਾਬ ਸਰਕਾਰ ਅਤੇ ਕੇਂਦਰ ਦੀ ਸਰਕਾਰ ਨੂੰ ਜ਼ਰੂਰ ਸੁਣਨੀਆਂ ਚਾਹੀਦੀਆਂ। ਬਲੈਕ ਲਿਸਟ, ਅਸੀਂ 25 ਸਾਲ ਮਨੁੱਖਤਾ ਦਾ ਖੂਨ ਡੁੱਲਿਆ ਪੰਜਾਬ 'ਚ, ਸ਼ਾਂਤੀ ਫੇਰ ਹੋਈ ਆ, ਹਿੰਦੂ, ਸਿੱਖ, ਮੁਸਲਿਮ, ਈਸਾਈ, ਪੰਜਾਬੀ ਲੋਕਾਂ ਦਾ ਖੂਨ ਡੁੱਲਿਆ। ਇਹ ਬਲੈਕ ਲਿਸਟ ਕਰਕੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਉਹ ਲੋਕ ਜਿਹੜੇ ਕੇਂਦਰ ਦੇ ਵਿੱਚ ਵਜ਼ਾਰਤ ਅਕਾਲੀ ਦਲ ਵਾਲੇ, ਉੱਥੇ ਬਲੈਕ ਲਿਸਟ ਦੇ ਉੱਤੇ ਸਾਈਨ ਕਰਦੀ ਹੈ ਬੀਬੀ, ਬਾਹਰ ਆ ਕੇ ਬਲੈਕ ਲਿਸਟ ਦਾ ਵਿਰੋਧ ਕਰਦੇ ਆ। ਇਹ ਜਿਹੜੇ ਦਮੂਹੀਏ ਲੋਕ ਆ ਨਾ, ਜਦੋਂ ਸੱਤਾ ਤੋਂ ਬਾਹਰ ਹੁੰਦੇ ਤਾਂ ਪੰਥ ਖਤਰੇ 'ਚ ਆ ਜਾਂਦਾ, ਇਹਨਾਂ ਕਰਕੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ। ਦੱਸ ਦਈਏ ਬੀਤੇ ਦਿਨੀ ਸੁਖਦੇਵ ਸਿੰਘ ਢੀਂਡਸਾ ਵੱਲੋਂ ਆਪਣੀ ਅਲੱਗ ਤੋਂ ਪਾਰਟੀ ਤਿਆਰ ਕਰ ਲਈ ਗਈ ਹੈ, ਜਿਸ ਉੱਤੇ ਲੋਕਾਂ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਨੇ ਅਤੇ ਕਿਹਾ ਜਾ ਰਿਹਾ ਕਿ ਇਹਨਾਂ ਪਾਰਟੀਆਂ ਦੇ ਨਾਲ ਪੰਜਾਬ ਨੂੰ ਵੱਡਾ ਨੁਕਸਾਨ ਹੋਣ ਵਾਲਾ ਹੈ।
ਤੇ ਜਿਸ ਦਾ ਜ਼ਿੰਮੇਵਾਰ ਇਹਨਾਂ ਲੀਡਰ ਲੋਕਾਂ ਨੂੰ ਹੀ ਦੱਸਿਆ ਜਾ ਰਿਹਾ। ਲੁਧਿਆਣਾ ਤੋਂ ਲਖਵਿੰਦਰ ਸਿੰਘ, ਪੰਜਾਬੀ ਲੋਕ ਚੈਨਲ।